ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਬੋਲੇ ਸੋ ਨਿਰਭੈ ਸਤਿਗੁਰੂ ਮਹਾਰਾਜ ਕੀ ਜੈ। ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੇ। ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੇ। ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੇ। ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਸੋ ਸਾਰੇ ਹੀ ਪਤਵੰਤੀ ਸੱਜਣਾਂ ਦਾ ਧੰਨਵਾਦ ਜੀ। ਸਮੂਹ ਸੰਗਤਾਂ ਇਸੇ ਤਰ੍ਹਾਂ ਸਤਿਗੁਰ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਜੀ। ਸੋ ਹੁਣ ਆਪਣੇ ਵਿੱਚ ਵਿਰਾਜਮਾਨ ਨੇ ਸੰਤ ਧਰਮਪਾਲ ਜੀ ਡੇਰਾ ਸਚਖੰਡ ਚਰਨਪੁਰੀ ਹੁਸ਼ਿਆਰਪੁਰ ਤੋਂ, ਉਹ ਆਪ ਜੀ ਨਾਲ ਸ਼ਬਦਾਂ ਦੀ ਸਾਂਝ ਪਾਉਣਗੇ। ਸੱਚੀ ਪ੍ਰੀਤ ਤੂੰ ਗੁਰਾਂ ਦੇ ਨਾਲ ਪਾਲ, ਸੱਚੀ ਪ੍ਰੀਤ ਤੂੰ ਗੁਰਾਂ ਦੇ ਨਾਲ ਪਾਲ, ਜੇ ਸੁੱਖ ਤੇ ਆਨੰਦ ਲੁੱਟਣਾ। ਸੱਚੀ ਪ੍ਰੀਤ ਤੂੰ ਗੁਰਾਂ ਦੇ ਨਾਲ ਪਾਲ, ਜੇ ਸੁੱਖ ਤੇ ਆਨੰਦ ਲੁੱਟਣਾ। ਸੱਚੀ ਪ੍ਰੀਤ ਤੂੰ ਗੁਰਾਂ ਦੇ ਨਾਲ ਪਾਲ, ਜੇ ਸੁੱਖ ਤੇ ਆਨੰਦ ਲੁੱਟਣਾ। ਬਾਣੀ ਗੁਰਾਂ ਦੀ ਤੂੰ ਸੁਣ ਲੈ ਸੁਣਾ ਲੈ, ਬਾਣੀ ਗੁਰਾਂ ਦੀ ਤੂੰ ਸੁਣ ਲੈ ਸੁਣਾ ਲੈ, ਜੇ ਸੁੱਖ ਤੇ ਆਨੰਦ ਲੁੱਟਣਾ। ਸੱਚੀ ਪ੍ਰੀਤ ਤੂੰ ਗੁਰਾਂ ਦੇ ਨਾਲ ਪਾਲ, ਜੇ ਸੁੱਖ ਤੇ ਆਨੰਦ ਲੁੱਟਣਾ। ਸੱਚੀ ਪ੍ਰੀਤ ਤੂੰ ਗੁਰਾਂ ਦੇ ਨਾਲ ਪਾਲ, ਜੇ ਸੁੱਖ ਤੇ ਆਨੰਦ ਲੁੱਟਣਾ। ਕਿਉਂ ਮਿੱਟੀ ਦਾ ਮਕਾਨ ਸਾਬ ਸਾਬ ਕਰ ਰੱਖਦਾ, ਸਭ ਟੁੱਟ ਜਾਣਾ ਵੇਖੀ ਤੋਂ ਸਮਾਨ ਇਹ ਕੱਚ ਦਾ। ਕਿਉਂ ਮਿੱਟੀ ਦਾ ਮਕਾਨ ਸਾਬ ਸਾਬ ਕਰ ਰੱਖਦਾ, ਸਭ ਟੁੱਟ ਜਾਣਾ ਵੇਖੀ ਤੋਂ ਸਮਾਨ ਇਹ ਕੱਚ ਦਾ। ਵੇਲਾ ਮਿਲਿਆ ਹੈ ਮਨ ਸਮਝਾ ਲੈ, ਵੇਲਾ ਮਿਲਿਆ ਹੈ ਮਨ ਸਮਝਾ ਲੈ, ਜੇ ਸੁੱਖ ਤੇ ਆਨੰਦ ਲੁੱਟਣਾ। ਸੱਚੀ ਪ੍ਰੀਤ ਤੂੰ ਗੋਰਾਂ ਦੇ ਨਾਲ ਪਾਲ, ਜੇ ਸੁੱਖ ਤੇ ਆਨੰਦ ਲੁੱਟਣਾ। ਸੱਚੀ ਪ੍ਰੀਤ ਤੂੰ ਗੋਰਾਂ ਦੇ ਨਾਲ ਪਾਲ, ਜੇ ਸੁੱਖ ਤੇ ਆਨੰਦ ਲੁੱਟਣਾ। ਪਿਆਰੀ ਸਾਧ ਸੰਗਤ ਜੀਓ, ਸਟੇਜ 'ਤੇ ਬਿਰਾਜਮਾਨ ਮਹਾਂਪੁਰਸ਼ ਕੋਟਾਂ ਕੋਟ ਨਮਸਕਾਰ ਹੈ। ਪਿਆਰੀ ਸਾਧ ਸੰਗਤ ਜੀਓ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਅੱਜ ਤੁਸੀਂ ਭਾਗਾਂ ਵਾਲੇ ਹੋ ਜੋ ਸੰਗਤ ਵਿੱਚ ਜੁੜੇ ਹੋ। ਮਹਾਂਪੁਰਸ਼ਾਂ ਦਾ ਬਹੁਤ ਹੀ ਵੱਡਾ ਉਪਰਾਲਾ ਹੈ। ਮਹਾਂਪੁਰਸ਼ਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਮਹਾਂਪੁਰਸ਼ ਆਪਣੀਆਂ ਮਹਾਂਪੁਰਸ਼ਾਂ ਦੀਆਂ ਬਰਸੀਆਂ ਮਨਾਉਂਦੇ ਹਨ, ਪਰ ਜਿਹੜੀਆਂ ਬਰਸੀਆਂ ਹਨ ਉਹਨਾਂ ਦੀਆਂ ਮਨਾਈਆਂ ਜਾਂਦੀਆਂ ਹਨ। ਜੋ ਸੰਸਾਰ 'ਤੇ ਆ ਕੇ ਕੋਈ ਕਰਮ ਕਮਾਉਂਦਾ ਹੈ ਉਹਨਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਹਨ। ਜੋ ਮਹਾਂਪੁਰਸ਼ ਧੰਨ ਧੰਨ 108 ਧਿਆਨ ਦਾਸ ਜੀ, ਧੰਨ ਧੰਨ 108 ਸਵਾਮੀ ਤਹਿਲ ਦਾਸ ਜੀ, ਜਿਹੜੇ ਇਸ ਸੰਸਾਰ 'ਤੇ ਆਏ, ਆ ਜਿਹੜਾ ਸਥਾਨ ਹੈ ਜਿੱਥੇ ਉਹਨਾਂ ਨੇ ਆ ਕੇ ਡੇਰੇ ਲਾਏ, ਸੰਗਤ ਨੂੰ ਜੋੜਿਆ, ਆਪ ਜਪਿਆ ਅਤੇ ਸੰਗਤ ਨੂੰ ਜਪਾਇਆ ਹੈ। ਉਸ ਤੋਂ ਬਾਅਦ ਧੰਨ ਧੰਨ 108 ਸਵਾਮੀ ਸਰਵਨ ਦਾਸ ਜੀ ਗੱਦੀ ਨਸ਼ੀਨ, ਜਿਨ੍ਹਾਂ ਨੇ ਚਾਰ ਚੰਨ ਲਾ ਦਿੱਤੇ ਡੇਰੇ ਨੂੰ, ਸੰਗਤ ਨੂੰ ਜੋੜਿਆ ਹੈ, ਆਪਣੇ ਮਹਾਂਪੁਰਸ਼ਾਂ ਦੀ ਬਰਸੀ ਮਨਾ ਕੇ ਸਾਰੀ ਸੰਗਤ ਨੂੰ ਵਡਭਾਗਾ ਸਮਾਂ ਮਿਲਦਾ ਹੈ ਸੰਗਤ ਵਿੱਚ ਆਉਣ ਦਾ। ਪਿਆਰੀ ਸਾਧ ਸੰਗਤ ਜੀਓ, ਜਿੰਨੇ ਵੀ ਮਹਾਂਪੁਰਸ਼
इस धरती ते आए हैं, उन्होंने नाम जपया है, उन्होंने जपाया है, तो महापुरश अकाल पुरख महापुरशां नूं आप भेजते हैं, जिहड़े मात लोक दे जीव हैं उन्होंने आना जाना लगा रहिंदा है, जिहड़े महापुरश हैं उन्हों का आना जाना जाना मुक जाता है, क्यों वो भगती नाल जुड़े होंदे हैं। प्यारी साध संगत जीओ, साढ़े तो भी बहुत ही उच्च कोटि के महापुरश बैठे हैं, पर असी बोल नहीं सकते उन्हां सामने। भाग जाग पे जिंदड़िए तेरे साधुआं दा संग हो गया, भाग जाग पे जिंदड़िए तेरे साधुआं दा संग हो गया, जाग पे जिंदड़िए तेरे साधुआं दा मेल हो गया, भाग जाग पे जिंदड़िए तेरे साधुआं दा संग हो गया। संग हो गया प्यारे जी, साधुआं दा संग हो गया, प्यारे जी साधुआं दा संग हो गया, प्यारे जी साधुआं दा संग हो गया। भाग जाग पे जिंदड़िए तेरे साधुआं दा संग हो गया, भाग जाग पे जिंदड़िए तेरे साधुआं दा संग हो गया। ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵਿਸਾਹੋ, ਹਰ ਸੋ ਹੀਰਾ ਛਾੜ ਕੇ ਕਰੇ ਅਨ ਕੀ ਆਸ, ਤੇ ਨਰਦੋ ਜਗ ਜਾਹੇਂਗੇ ਸਤ ਪਾਖੇ ਰਵਿਦਾਸ। ਜੁਬਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸਭ ਸੰਗਤਾਂ, ਮਾਈ ਭਾਈ, ਮਹਾਂਪੁਰਸ਼ ਸੰਤ ਧਿਆਨ ਦਾਸ ਜੀ, ਸੰਤ ਟਹਿਲਦਾਸ ਜੀ, ਇਹ ਉਹਨਾਂ ਦਾ ਤਪੋ ਅਸਥਾਨ ਹੈ ਜਿੱਥੇ ਤੁਸੀਂ ਬੈਠੇ ਹੈ, ਪਰ ਪਾ ਰਹੇ ਰੌਲਾ ਬਈ, ਸੁਣਨੇ ਵਾਸਤੇ ਨਹੀਂ ਆਏ ਕੁਛ ਵੀ। ਜੋ ਗੁਰੂਆਂ ਦੀ ਗੱਲ, ਜੋ ਉਪਦੇਸ਼ ਹੈ, ਉਹ ਤਾਂ ਸੁਣ ਹੀ ਰਹੇ, ਧਿਆਨ ਸਾਡਾ ਖਾਣੇ ਵਾਲਾ ਹੁੰਦਾ। ਬੀਬੀਆਂ ਨੂੰ ਬੇਨਤੀ ਹੈ ਕਿ ਕਈ ਵਾਰੀ ਤੁਸੀਂ ਗਣੇਸ਼ ਦੇ ਵੀ ਵਰਤ ਰੱਖ ਲੈਂਦੀਆਂ, ਅਹੋਰੀ ਦਾ ਵੀ ਵਰਤ ਰੱਖ ਲੈਂਦੀਆਂ, ਉਹ ਕਿਉਂ ਰੱਖਦੀਆਂ, ਕਾਹਦੇ ਵਾਸਤੇ? ਸੰਤ ਟਹਿਲਦਾਸ ਜੀ, ਸੰਤ ਧਿਆਨ ਦਾਸ ਜੀ, ਜਿਹੜਾ ਉਹਨਾਂ ਦਾ ਉਪਦੇਸ਼, ਉਹ ਤੁਹਾਡੇ 'ਤੇ ਅਸਰ ਨਹੀਂ ਹੋਇਆ ਉਹਦਾ, ਮੈਨੂੰ ਲੱਗਦਾ ਨਾ ਉਹਨਾਂ ਦਾ ਅਸਰ ਨਹੀਂ ਹੋਇਆ।
ਤੇ ਰੌਲਾ ਤੁਸੀਂ ਪਾ ਰਹੀਆਂ ਹੈ। ਇੱਥੇ ਜੇ ਤੁਸੀਂ ਆਈਆਂ, ਆਪਾਂ ਇੱਥੇ ਆਪਣੀ ਜ਼ਿੰਦਗੀ ਜੀਵਨ ਦੀਆਂ ਘੜੀਆਂ ਲਾਉਣ ਵਾਸਤੇ ਆਏ, ਕਿਉਂਕਿ ਇਹ ਜੀਵਨ ਬੜਾ ਅਨਮੋਲ ਹੈ, ਇਹਦੀ ਕੀਮਤ ਨਹੀਂ ਪਾ ਸਕਦੇ ਆਪਾਂ। ਇਹ ਵਾਰ ਵਾਰ ਨਹੀਂ ਮਿਲਣਾ ਸਾਨੂੰ, ਧਿਆਨ ਮਾਰ ਲਿਓ, ਪਤਾ ਨਹੀਂ ਕਦੋਂ ਇੱਥੋਂ ਚਲੇ ਜਾਣਾ ਬਈ, ਕਿਸੇ ਨੂੰ ਨਹੀਂ ਪਤਾ, ਕਿਉਂਕਿ ਗੁਰਬਾਣੀ ਸਾਨੂੰ ਉਪਦੇਸ਼ ਦੇ ਰਹੀ ਹੈ, ਕਹਿ ਰਹੀ ਹੈ ਇਹ ਗੱਲ। ਕਹਿੰਦੇ ਕਿ ਰਾਣਾ ਰੌ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ। ਸੰਤ ਧਿਆਨ ਦਾਸ ਜੀ ਕਿੱਥੇ ਗਏ, ਸੰਤ ਚਹਿਲ ਜੀ ਕਿੱਥੇ ਗਏ, ਆਪਾਂ ਵੀ ਚਲੇ ਜਾਣਾ ਬਈ। ਰਾਣਾ ਰੌ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੰਨੇ ਤੀਰ। ਆਪਣੀ ਆਪਣੀ ਬਾਰੀ ਚਲੇ ਜਾਣਾ, ਇਹ ਜ਼ਿੰਦਗੀ ਵਾਰ ਵਾਰ ਨਹੀਂ ਮਿਲਣੀ। ਆਹ ਗੁਰੂ ਗ੍ਰੰਥ ਸਾਹਿਬ ਮਹਾਂਪੁਰਸ਼ਾਂ ਦੀ ਬਾਣੀ ਹੈ, ਆਪਾਂ ਧਿਆਨ ਨਹੀਂ ਦੇ ਰਹੇ। ਜੇ ਧਿਆਨ ਨਹੀਂ ਦੇ ਰਹੇ ਤਾਂ ਸਾਡੇ ਘਰਾਂ ਵਿੱਚੋਂ ਲੜਾਈਆਂ, ਦਲਿੱਦਰ, ਕਲੇਸ਼ ਇਹ ਨਹੀਂ ਖਤਮ ਹੁੰਦੇ। ਧਿਆਨ ਮਾਰਿਓ, ਘਰਾਂ ਵਿੱਚ ਕਲੇਸ਼ ਵੀ ਉੱਦਾਂ ਹੈ, ਲੜਾਈਆਂ ਵੀ ਉੱਦਾਂ ਹੈ, ਰੋਗ ਬਿਮਾਰੀਆਂ ਵੀ ਉੱਦਾਂ ਹੀ ਆ। ਅਤੇ ਸਤਿਗੁਰਾਂ ਦੀ ਬਾਣੀ ਸਾਨੂੰ ਉਪਦੇਸ਼ ਦੇ ਰਹੀ ਹੈ, ਜਿੰਨਾ ਚਿਰ ਆਪਾਂ ਆਪਣੇ ਆਪ ਦਾ ਸੁਧਾਰ ਨਹੀਂ ਕਰਦੇ, ਵਿਚਾਰ ਨਹੀਂ ਕਰਦੇ, ਤਾਂ ਜੀਵਨ ਵਿਅਰਥ ਹੈ। ਮਹਾਂਪੁਰਸ਼ਾਂ ਦੀ ਬਾਣੀ, ਬਾਬਾ ਫਰੀਦ ਜੀ ਇਹ ਗੱਲ ਕਹਿ ਰਹੇ ਸਾਨੂੰ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਹੀ ਹੰਢਾਏ, ਦੇਹੀ ਰੋਗ ਨਾ ਲਾਗੀ, ਪੱਲੇ ਸਭ ਕੁਛ ਪਾਏ। ਇਹ ਕਦੀ ਹੋਇਆ ਆਪਣੇ ਵਿਚਾਰ ਆਇਆ ਇਹ ਗੱਲ, ਜੇ ਕੋਈ ਸਾਨੂੰ ਬੁਰਾ ਬੋਲਦਾ ਤਾਂ ਆਪਾਂ ਉਹਦੇ ਨਾਲ ਲੜਨੇ ਨੂੰ ਤਿਆਰ ਹੋ ਜਾਂਦੇ ਹਾਂ, ਉਹਦਾ ਭਲਾ ਨਹੀਂ ਸੋਚਦੇ, ਉਹਦਾ ਆਪਾਂ ਭਲਾ ਨਹੀਂ ਸੋਚਦੇ, ਲੜਨੇ ਨੂੰ ਤਿਆਰ ਹੋ ਜਾਂਦੇ ਵੀ ਸਾਨੂੰ ਕੀ ਫਾਇਦਾ ਹੋਊਗਾ ਬਈ। ਕਹਿੰਦੇ ਜੇ ਤੇਰਾ ਕੋਈ ਬੁਰਾ ਕਰ ਰਿਹਾ ਉਹਦਾ ਭਲਾ ਕਰ, ਗੁੱਸਾ ਜੇ ਤੈਨੂੰ ਕ੍ਰੋਧ ਆਉਂਦਾ ਵੀ ਹੈ ਤਾਂ ਮਨ ਦੇ ਨਾਲ ਹਟਾ ਲਾ, ਫਿਰ ਤੈਨੂੰ ਫਾਇਦਾ ਹੋ ਜਾਊ। ਦੇਹੀ ਰੋਗ ਨਾ ਲਾਗੀ, ਪੱਲੇ ਸਭ ਕੁਛ ਪਾਏ, ਤੇਰੇ ਸਰੀਰ ਨੂੰ ਕੋਈ ਰੋਗ ਨਾ ਲੱਗੂਗਾ, ਤੇਰੇ ਪੱਲੇ ਵਿੱਚ ਸਾਰਾ ਕੁਛ ਰਹਿ ਤੇਰੇ ਕੋਲ ਰਹਿ ਜਾਊਗਾ। ਇਹ ਮਹਾਂਪੁਰਸ਼ਾਂ ਦੀ ਬਾਣੀ ਸਾਨੂੰ ਇਹ ਜੀਵਨ ਦਾ ਲਾਹਾ ਪ੍ਰਾਪਤ ਕਰਨ ਦੇ ਵਾਸਤੇ ਆਵਾਦੇਸ਼ ਦੇ ਰਹੀ ਹੈ, ਕਿਉਂਕਿ ਐਵੇਂ ਨਹੀਂ ਮਹਾਂਪੁਰਸ਼ਾਂ ਨੇ ਕਲਯੁੱਗ ਦੇ ਵਿੱਚ ਆ ਕੇ, ਕਿਉਂਕਿ ਕਲਯੁਗੀ ਜੀਵ ਜਿਹੜੇ ਹੈ ਮੂਰਖ ਹੈ, ਅਗਿਆਨੀ ਹੈ, ਇਹਨਾਂ ਨੂੰ ਗਿਆਨ ਗੁਣ ਪਤਾ ਨਹੀਂ, ਗਿਆਨ ਕੀ ਹੁੰਦਾ, ਗਿਆਨ ਤਾਂ ਕੀ ਕਰਨਾ, ਆਪਾਂ ਗੁਜ਼ਰ ਹੀ ਨਹੀਂ ਸਕਦੇ ਉਹਨਾਂ ਦੇ ਹੁਕਮਾਂ 'ਤੇ, ਉਹਨਾਂ ਦੀ ਬਾਣੀ 'ਤੇ ਆਪਾਂ ਗੁਜ਼ਰ ਨਹੀਂ ਸਕਦੇ। ਜੋ ਉਹਨਾਂ ਨੇ ਉਪਦੇਸ਼ ਦਿੱਤਾ ਉਹਦੇ 'ਤੇ ਆਪਾਂ ਨਹੀਂ ਖੜ੍ਹੇ ਹੋ ਸਕਦੇ, ਇਸ ਕਰਕੇ ਗਿਆਨ ਦੀ ਗੱਲ ਬੜੀ ਔਖੀ ਹੈ। ਇਹ ਗੁਰੂਆਂ ਦੀ ਬਾਣੀ ਸਾਨੂੰ ਉਪਦੇਸ਼ ਦੇ ਰਹੀ ਹੈ। ਗੁਰਬਾਣੀ ਕਹਿੰਦੀ ਹੈ ਕਿ ਇਹ ਜਾਮਾ ਬੜਾ ਅਨਮੋਲ ਹੈ, ਬਹੁਤ ਜਨਮ ਪਰਵੰਤਿਆ, ਇੱਕ ਜਨਮ ਨਹੀਂ ਦੋ ਜਨਮ ਨਹੀਂ, ਬਹੁਤ ਸਾਰੇ ਜਨਮ ਪਾਉਂਦਾ ਹੋਇਆ ਇਹ ਜੀਵ ਇਸ ਮਾਨਸ ਜਾਮੇ ਦੇ ਵਿੱਚ ਆਇਆ। ਬਹੁਤ ਜਨਮ ਪਰਵੰਤਿਆ ਦੁਰਲੁਭ ਦੇਹ ਪਾਇਓ ਰੇ, ਨਾਨਕ ਨਾਮ ਸਮਾਲ ਸੋ ਦਿਨ ਨੇੜੇ ਆਇਓ ਰੇ। ਕਾਲਕ ਜਿਹੜੀ ਆ ਉਹ ਮਿਟਦੀ ਨਹੀਂ, ਨੇਰਾ ਜਿਹੜਾ ਖਤਮ ਨਹੀਂ ਹੁੰਦਾ, ਜਿੰਨਾ ਚਿਰ ਆਪਾਂ ਆਪਣੇ ਦੀ ਆਪਣੇ ਆਪ ਦੀ ਖੋਜ ਨਹੀਂ ਕਰਦੇ, ਗੁਰੂਆਂ ਦੀ ਗੱਲ ਨਹੀਂ ਮੰਨਦੇ ਨਾ, ਉਹਨਾਂ ਚਿਰ ਸਾਡਾ ਹਨੇਰਾ ਨਹੀਂ ਚੱਕ ਹੋਣਾ। ਕਿਉਂਕਿ ਗੁਰੂ ਸਾਨੂੰ ਇਹ ਗੱਲ ਕਹਿੰਦੇ ਆ ਬਈ, ਭਾਂਗ ਮਾਛਲੀ ਸੁਰਾ ਪਾਨ, ਜੋ ਜੋ ਪ੍ਰਾਣੀ ਖਾਏ, ਤੀਰਥ ਵਰਤ ਔਰ ਨੇਮ ਕੀਏ,
ਸਵੇਰ ਸਾਤਰ ਜਾਏ ਨਾ ਅਸੀਂ ਭੰਗ ਛੱਡਦੇ ਹਾਂ, ਨਾ ਸ਼ਰਾਬਾਂ ਛੱਡਦੇ ਹਾਂ, ਨਾ ਆਪਾਂ ਮਾਸ ਛੱਡਦੇ ਹਾਂ। ਗੁਰੂ ਤਾਂ ਬੰਦ ਕਰ ਰਹੇ, ਗੁਰੂਆਂ ਦੀ ਗੱਲ ਥੋੜ੍ਹੋ ਮੰਨੀ ਬਈ। ਕਹਿੰਦੇ ਤੀਰਥ ਵਰਤ ਔਰ ਨੇਮ ਕੀਏ ਸਵੇ ਰਸਾਤਲ, ਜਾਂ ਪਤਾਲ 'ਚ ਚੱਲ ਜਾਂਦਾ ਸਾਰਾ, ਐਵੇਂ ਹੀ ਚਲੇ ਜਾਂਦਾ, ਕੀਤਾ ਕੋਈ ਪੱਲੇ ਨਹੀਂ ਪੈਂਦਾ। ਫਿਰ ਆਪਾਂ ਕਹਿੰਦੇ ਬਈ ਬੜਾ ਅਸੀਂ ਰੱਬ ਰੱਬ ਵੀ ਕੀਤਾ, ਦਾਨ ਵੀ ਕੀਤਾ, ਤੀਰਥ ਵਰਤ ਔਰ ਦਾਨ ਕਰ ਮਨ ਮੇਂ ਧਰੇ ਗਮਾਨ, ਨਾਨਕ ਨੇ ਫਲ ਜਾਤ ਹੈ ਜਿਉਂ ਕੌਂਚਰ ਅਸ਼ਨਾਨ। ਸਤਿਗੁਰੂ ਰਵਿਦਾਸ ਮਹਾਰਾਜ ਕੀ ਦੇ, ਸਤਿਗੁਰੂ ਰਵਿਦਾਸ ਸ਼ਕਤੀ, ਭਗਵਾਨ ਗੁਰੂ ਵਾਲਮੀਕ ਸ਼ਕਤੀ, ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਜਿੰਨਾ ਕੀਤੀ ਹੈ ਕਮਾਈ ਸੱਚੇ ਨਾਮ ਦੀ, ਉਹਨਾਂ ਨੂੰ ਸਾਰਾ ਜੱਗ ਪੂਜਦਾ। ਜਿੰਨਾ ਕੀਤੀ ਏ ਕਮਾਈ ਸੱਚੇ ਨਾਮ ਦੀ, ਉਹਨਾਂ ਨੂੰ ਸਾਰਾ ਜੱਗ ਪੂਜਦਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋਛੀ ਪਰੋ ਹੋਇਓ ਲਾਖੀਣਾ, ਪੁੰਨ ਨਾ ਤਨ ਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋ ਲਾਹਰਾ ਪਇਓ ਗੁਣੀ ਗਹੀਰਾ, ਇਹ ਵਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪਰ ਤੱਕ ਗੁਸਾਈਆਂ, ਮਿਲੇ ਪਰ ਤੱਕ ਗੁਸਾਈਆਂ, ਤੰਨਾ ਵੱਡ ਪਗਾ ਉਹਨਾਂ ਨੂੰ ਸਾਰਾ ਜੱਗ ਪੂਜਦਾ। ਜਿੰਨਾ ਕੀਤੀ ਏ ਕਮਾਈ ਸੱਚੇ ਨਾਮ ਦੀ, ਉਹਨਾਂ ਨੂੰ ਸਾਰਾ ਜੱਗ ਪੂਜਦਾ। ਰਾਮ ਚੰਦਰ ਵੀ ਆਇਆ ਤੇ ਕ੍ਰਿਸ਼ਨ ਅਵਤਾਰ ਵੀ ਆਇਆ, ਉਹ ਤੇਰਾ ਦੁੱਖ ਤੇ ਦਰਦ ਕਿਸੇ ਨੇ ਵਡਾਇਆ ਤਾਂ ਨਹੀਂ ਸੀ? ਕਹੇ ਅਣਜਾਣ ਧੋਗੜੀ ਵਾਲਾ ਸਤਿਗੁਰ ਅਰਦਾਸ ਵਾਜੋ ਤੈਨੂੰ ਪਕੜ ਕੇ ਕਿਸੇ ਸੀਨੇ ਦੇ ਨਾਲ ਲਾਇਆ ਤਾਂ ਨਹੀਂ ਸੀ? ਕਿਸੇ ਨੇ ਸੀਨੇ ਨਾਲ ਨਹੀਂ ਲਾਇਆ। ਆਹ ਧਰਮੀ ਵੀਰਾ, ਅੱਜ ਤੋਂ ਪਹਿਲਾਂ ਜੇ ਸਤਿਗੁਰ ਅਰਦਾਸ ਮਹਾਰਾਜ ਦਾ ਅਵਤਾਰ ਨਾ ਹੁੰਦਾ ਤੈਨੂੰ ਗੁਰੂ ਗ੍ਰੰਥ ਸਾਹਿਬ ਸਾਹਮਣੇ ਬੈਠਣ ਨਹੀਂ ਸੀ ਦੇਣਾ। ਜੇ ਮੈਂ 40 ਸ਼ਬਦ ਅਤੇ ਇੱਕ ਸ਼ਲੋਕ ਦਾ ਉਚਾਰ ਨਾ ਹੁੰਦਾ ਨਾਗਰ ਵੱਲੋਂ ਯਕੀਨ ਨਹੀਂ ਸੀ ਹੋਣਾ। ਜੇ ਪਾਣੀ 'ਤੇ ਪੱਥਰ ਤਾਰਨਾ ਹੁੰਦਾ ਚੰਦਰ ਪ੍ਰਤਾਪ ਦਾ ਹੰਕਾਰ ਨਹੀਂ ਸੀ ਟੁੱਟਣਾ। ਜੇ ਪੱਥਰੀ ਥੱਲੇ ਕੰਗਣ ਦਾ ਚਮਕਾਰਨਾ ਹੁੰਦਾ ਬ੍ਰਾਹਮਣਾਂ ਨੇ ਕਹਿਣਾ ਸੀ ਗੁਰਬਦਾਸ ਸਾਡਾ ਤੁਹਾਡਾ ਨਹੀਂ। ਜੇ ਸ਼ਬਦਾਂ ਦੇ ਆਖਿਰ ਵਿੱਚ ਲਿਖਿਆ ਚਮਾਰਨਾ ਹੁੰਦਾ ਕਹੇ ਅਣਜਾਣ ਧੋਗੜੀ ਵਾਲਾ ਤੁਹਾਡਾ ਇਤਿਹਾਸ ਨਾ ਹੁੰਦਾ ਤੇ ਜਗ ਤੇ ਗੁਰੂ ਰਵਿਦਾਸ ਨਾ ਹੁੰਦਾ। ਅੱਜ ਅਸੀਂ ਧਰਮ ਬਦਲੀ ਜਾਂਦੇ ਹਾਂ, ਕੀ ਕਾਰਨ ਆ? ਸਾਡਾ ਪ੍ਰਚਾਰ ਹੈ ਨਹੀਂ ਗਾ, ਕੋਈ ਕੋਈ ਧਰਮ ਲਈ ਫਿਰਦਾ, ਕੋਈ ਕੋਈ ਲਈ ਫਿਰਦਾ। ਪਰ ਦੱਸਿਆ ਕਿ ਅੱਜ ਤੋਂ ਪਹਿਲਾਂ, ਅੱਜ ਤੋਂ 642 ਸਾਲ ਪਹਿਲਾਂ ਦੀ ਗੱਲ ਆ। ਆਹ ਧਰਮੀ ਵੀਰਾ, ਅੱਜ ਸੰਤ ਮਹਾਂਪੁਰਸ਼ ਵੀ ਆ ਅਤੇ ਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਨਾਲ। ਆਹ ਧਰਮੀ ਵੀਰਾ, ਜੇ ਜਗ 'ਤੇ ਗੁਰੂ ਰਵਿਦਾਸ ਨਾ ਹੁੰਦੇ ਤਾਂ ਤੁਸੀਂ ਕਦੇ ਪਤਵੰਤ ਨਾ ਹੁੰਦੇ, ਤੁਸੀਂ ਕਦੇ ਪਤਵੰਤ ਨਾ ਹੋਏ, ਤੁਸੀਂ ਗਰੀਬੀ ਦੀ ਰੇਖਾ ਵੀ ਡੁੱਬਿਆ ਰਹਿਣਾ ਸੀ, ਤੁਸੀਂ ਕਦੇ ਧਨਵੰਤ ਨਾ ਹੁੰਦੇ, ਤੁਸੀਂ ਜਾਨੀ ਚੋਰ ਤਾਂ ਦੂਤ ਪਾਤਸ਼ਾਹ ਪੜ੍ਹਨੇ ਸੀ, ਤੁਹਾਡੇ ਪੜ੍ਹਨੇ ਨੂੰ ਗੁਰੂ ਗ੍ਰੰਥ ਨਾ ਹੁੰਦੇ, ਤੁਹਾਡੇ MP MLA ਰਹੇ ਇੱਕ ਪਾਸੇ,
ਇੱਕ ਪਾਸੇ ਉਹ ਤੁਹਾਡੇ ਪਿੰਡ 'ਚ ਸਰਪੰਚ ਨਾ ਤੇ ਪੰਚ ਨਾ ਆਉਂਦੇ, ਅੱਗੇ ਸੰਤ ਸਮਾਗਮ ਕਰਨੇ ਤੇ ਦੀਵਾਨ ਸਜਾਉਣੇ ਰਹੇ, ਇੱਕ ਪਾਸੇ ਏਦਾਂ ਲੱਗੇ ਕੋਈ ਮੰਚ ਨਾ ਹੁੰਦੇ, ਕਹੇ ਅਣਜਾਣ ਧੋਗੜੀ ਵਾਲਾ ਤੁਹਾਡੇ ਡੇਰੇ ਨਾ ਹੁੰਦੇ ਤਾਂ ਗੱਦੀਆਂ 'ਤੇ ਬੈਠੇ ਕੋਈ ਸੰਤ ਨਾ ਹੁੰਦੇ। ਇਹ ਕਿਹਦੀ ਕਿਰਪਾ? ਇਹ ਸਤਿਗੁਰ ਰਵਿਦਾਸ ਮਹਾਰਾਜ ਦੀ ਕਿਰਪਾ। ਸੂਰਜ ਏਕ ਹੈ, ਕਿਰਨੇ ਅਨੇਕ ਹੈ, ਸਾਗਰ ਏਕ ਹੈ, ਲਹਿਰੇ ਅਨੇਕ ਹੈ, ਸਾਗਰ ਏਕ ਹੈ, ਲਹਿਰੇ ਅਨੇਕ ਹੈ, ਸੋਨਾ ਏਕ ਹੈ, ਜੇਵਰ ਅਨੇਕ ਹੈ, ਮਿੱਟੀ ਏਕ ਹੈ, ਬਰਤਨ ਅਨੇਕ ਹੈ, ਚਮੜੀ ਏਕ ਹੈ, ਚਿਹਰੇ ਅਨੇਕ ਹੈ, ਉਹ ਆਦਿ ਧਰਮ ਏਕ ਹੈ, ਸ਼ਾਖੇ ਅਨੇਕ ਹੈ, ਸ਼ਾਖੇ ਅਨੇਕ ਹੈ, ਕਹੇ ਅਣਜਾਣ ਧੋਗੜੀ ਵਾਲਾ। ਆਰ ਧਰਮ ਏਕ ਹੈ, ਸ਼ਾਖੇ ਅਨੇਕ ਹੈ, ਸ਼ਾਖੇ ਅਨੇਕ ਹੈ। ਸਾਡਾ ਧਰਮ ਕੀ ਆ? ਸਭ ਤੋਂ ਪਹਿਲਾਂ ਆਦਿ ਧਰਮ ਆ। ਅਤੇ ਲੋਕ ਕੋਈ ਈਸਾਈ ਧਰਮ ਚਲ ਗਿਆ, ਕੋਈ ਫਲਾਣਾ ਧਰਮ ਅਪਣਾ ਲਿਆ, ਉਹ ਤੁਹਾਨੂੰ ਗਿਆਨ ਕਿੱਥੋਂ ਆਉਣਾ? ਗਿਆਨ ਕਿਹਨਾਂ ਨੇ ਕਰਨਾ? ਗਿਆਨ ਕਰਨਾ ਹੈ ਸਾਡੇ ਸੰਤਾਂ ਮਹਾਂਪੁਰਸ਼ਾਂ ਨੇ ਜਾਂ ਗਿਆਨੀਆਂ ਨੇ। ਕਬੀਰਾ ਜਬ ਹਮ ਆਏ ਜਗਤ ਮੇ ਜਗ ਹਸੇ ਹਮ ਰੋਏ ਐਸੀ ਕਰਨੀ ਕਰੀ ਚੱਲੋ ਐਸੀ ਕਰਨੀ ਕਰ ਚੱਲੋ ਐਸੀ ਕਰਨੀ ਕਰੀ ਚੱਲੇ ਐਸੀ ਕਰਨੀ ਕਰ ਚੱਲੇ ਹਮ ਹੱਸੇ ਜਗ ਰੋਏ ਐਸੀ ਕਰਨੀ ਕਰ ਚੱਲੇ ਐਸੀ ਕਰਨੀ ਕਰ ਚੱਲੇ ਹਮ ਹੱਸੇ ਜਗ ਰੋਏ ਐਸੀ ਕਰਨੀ ਕਰੀ ਚੱਲੇ ਐਸੀ ਕਰਨੀ ਕਰ ਚੱਲੇ ਹਮ ਹੱਸੇ ਜਗ ਰੋਏ। ਪਰਮ ਸਤਿਕਾਰ ਜੋ ਸੰਤਾਂ ਮਹਾਂਪੁਰਸ਼ਾਂ ਦੀਆਂ ਇਹ ਗੱਲਾਂ ਨੇ, ਲਓ ਸੰਤਾਂ ਦੇ ਲੜ ਲਾ ਕੇ ਸੇਵਕ ਤਰ ਜਾਂਦੇ। ਉਹ ਸੰਤਾਂ ਦੇ ਲੜ ਲੱਗ ਕੇ ਅਸੇਵਕ ਤਰ ਜਾਂਦੇ, ਸੰਤਾਂ ਦੇ ਲੜ ਲੱਗ ਕੇ ਅਸੇਵਕ ਤਰ ਜਾਂਦੇ। ਆ ਨਾਮ ਦੀ ਸ਼ਕਤੀ ਪਿੰਗਲੇ ਪਰਬਤ ਚੜ ਜਾਂਦੇ, ਨਾਮ ਦੀ ਸ਼ਕਤੀ ਪਿੰਗਲੇ ਪਰਬਤ ਚੜ ਜਾਂਦੇ, ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ, ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ।